ਟੋਡੀ ਮਹਿਲਾ ਪੰਜਵਾਂ ਕਿਰਪਾ ਨਿਧ ਬਸੋਰੀ ਦੇ ਹਰਨੀਤ ਤੈਸੀ ਬੁੱਧ ਕਰੋ ਪਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਉ ਧੂਰਾ ਮਸਤਕ ਲੈ ਲੈ ਲਾਵੋ ਮਹਾਂਪਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮਿੱਠੀ ਲਾਗੋ ਕਿਉਂ ਤੁਹਾਰੋ ਭਾਵੋ ਜੋ ਤੂੰ ਦੇ ਤਹੀ ਏ ਤਿਪਤੈ ਆਨ ਨ ਕਟੂੰ ਤਹਾਵੋ ਸਾਦੀ ਹੀ ਨਿਕਟ ਜਾਨੋ ਪ੍ਰਭੂ ਸਵਾਮੀ ਸਗਲ ਰੇਣ ਹੋਏ ਰਹੀ ਹੈ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭੇ ਆਪਣਾ ਰਹੀ ਹੈ ਸਦਾ ਸਦਾ ਹਮ ਛੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਟੋਡੀ ਰਾਗ ਦੇ ਪਿਛਲੇ ਦੋ ਸ਼ਬਦਾਂ ਵਿੱਚ ਸਾਨੂੰ ਸਭ ਪ੍ਰਾਣੀਆਂ ਨੂੰ ਸਾਡੀ ਅਸਲੀਅਤ ਤੋਂ ਜਾਣੂ ਕਰਵਾਇਆ। ਅਸੀਂ ਕੀ ਕਰ ਰਹੇ ਹਾਂ, ਸਾਨੂੰ ਕੀ ਕਰਨਾ ਚਾਹੀਦਾ। ਪਹਿਲੇ ਸ਼ਬਦ ਵਿੱਚ ਫਰਮਾਇਆ ਧਾਇਓ ਰੇ ਮਨ ਦਾ ਦਸਤਾਇਓ, ਮਾਇਆ ਮਗਨ ਸਵਾਦ ਲੋਭ ਮੋਇਓ, ਤਿੰਨ ਪ੍ਰਭ ਆਪ ਭੁਲਾਇਓ। ਆਖਿਆ ਇਹ ਮਨ, ਇਹ ਜੀਵ ਭਟਕਦਾ ਫਿਰਦਾ ਹੈ ਦਸੋ ਦਿਸ਼ਾ ਵਿੱਚ। ਪ੍ਰਭੂ ਨੇ ਆਪ ਇਸ ਨੂੰ ਮਾਇਆ ਵਿੱਚ ਪਸਾ ਦਿੱਤਾ। ਫਿਰ ਦੂਜੇ ਸ਼ਬਦ ਵਿੱਚ ਪਾਤਸ਼ਾਹ ਨੇ ਹੋਰ ਕਲੀਅਰ ਕੀਤਾ, ਮਾਨੁੱਖ ਬਿਨ ਬੂਝੇ ਬਿਰਥਾ ਆਇਆ। ਇਹ ਜੀਵ, ਇਹ ਪ੍ਰਾਣੀ, ਇਹ ਜਾਣਨ ਤੋਂ ਬਿਨਾਂ ਕਿ ਮੈਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਇਆ, ਮੈਨੂੰ ਕੀ ਕਰਨਾ ਚਾਹੀਦਾ, ਕਿਉਂਕਿ ਚੌਰਾਸੀ ਲੱਖ ਜੋਨ ਸਿਵਾਈ ਮਾਨਸ ਕੋ ਪ੍ਰਵਤੀ ਵਡਿਆਈ। ਪਰ ਇਸ ਗੱਲ ਨੂੰ ਮੈਂ ਸਮਝ ਨਹੀਂ ਸਕੀ। ਇਹਨੇ ਸਮਝ ਲਿਆ ਕਿ ਖਾਓ ਪੀਓ ਕਰੋ ਆਨੰਦ ਮੌਜਾਂ ਲਵੋ। ਇਹ ਸਮਝਣ ਦਾ ਯਤਨ ਨਹੀਂ ਕੀਤਾ। ਜੇ ਕਿਸੇ ਨੇ ਸਮਝਾਇਆ ਤਾਂ ਉਹਦੇ ਵੀ ਅੱਗੋਂ ਗਲ ਪਿਆ। ਭਗਤ ਕਬੀਰ ਜੀ ਨੇ ਬੜਾ ਸੁੰਦਰ ਨਕਸ਼ਾ ਖਿੱਚ ਕੇ ਦਿੱਤਾ, ਕਹਿੰਦੇ ਐਸੋ ਅਚਰਜ ਦੇਖਿਓ ਕਬੀਰ,
ਦਬ ਕੇ ਭੋਲੇ ਬਰੋਲੇ ਨੀਰ। ਕਬੀਰ ਜੀ ਕਹਿੰਦੇ ਨੇ ਮੈਂ ਐਸਾ ਅਸਚਰਜ ਤਮਾਸ਼ਾ ਦੇਖਿਆ ਇਹਨਾਂ ਜੀਵਾਂ ਦਾ, ਇਹ ਕੀ ਕਰਦੇ ਨੇ, ਦੁੱਧ ਦੇ ਭੁਲੇਖੇ ਪਾਣੀ ਰੜਕੀ ਜਾਂਦੇ। ਹਰੀ ਅੰਗੂਰੀ ਗਦਹ ਚਰੈ, ਨਿਤ ਉੱਠ ਹੱਸੈ ਹਿੰਗੈ ਮਰੈ। ਸਵੇਰੇ ਉੱਠ ਕੇ ਚੰਗਾ ਚੋਖਾ ਖਾਂਦੇ ਨੇ। ਹਰੀ ਅੰਗੂਰੀ ਦਾ ਮਤਲਬ ਹੁੰਦਾ ਉਹ ਘਾਹ, ਉਹ ਫਸਲ ਜਿਹੜੀ ਰਾਤ ਨੂੰ ਉੱਗੇ ਸਵੇਰੇ ਹਰੀ ਹਰੀ ਕੂੜੀ ਕਚੂਚ ਹੁੰਦੀ ਹੈ, ਔਰ ਉਹਨੂੰ ਇਹ ਖਾਂਦਾ। ਬੜੇ ਧਿਆਨ ਨਾਲ ਸਮਝਣ ਵਾਲੀ ਗੱਲ, ਚਾਹੇ ਮੈਂ ਹਾਂ ਚਾਹੇ ਤੁਸੀਂ। ਸਵੇਰੇ ਉੱਠਦਿਆਂ ਘਰ ਵਾਲਿਆਂ ਨੂੰ ਕਹਿੰਦਾ ਮੈਂ ਇਹ ਨਾਸ਼ਤਾ ਕਰਨਾ, ਮੈਂ ਉਹ ਨਹੀਂ ਖਾਣਾ ਆਹ ਖਾਣਾ, ਮੇਰੇ ਬ੍ਰੇਕਫਾਸਟ ਵਿੱਚ ਆਹ ਚੀਜ਼ਾਂ ਚਾਹੀਦੀਆਂ। ਚਲੋ ਖਾ ਲਿਆ ਕੋਈ ਗੱਲ ਨਹੀਂ, ਪਰ ਸਾਰਾ ਦਿਨ ਫਿਰ ਕੀ ਕਰਦਾ। ਨਿਤ ਉੱਠ ਹਾਸੇ ਹਿੰਗੇ ਮਰੇ। ਅਤੇ ਜੇ ਕੋਈ ਸਿਆਣਾ ਬੰਦਾ ਸਮਝਾ ਦੇਵੇ ਭਾਈ ਤੂੰ ਪਰੌਂਠੇ 'ਤੇ ਖਾ ਲਏ ਨੇ, ਤੂੰ ਹੋਰ ਚੀਜ਼ਾਂ 'ਤੇ ਖਾ ਲਈਆਂ ਨੇ, ਕੋਈ ਰੱਬ ਦਾ ਨਾਮ ਹੀ ਲੈ ਲੈ, ਆਂਦਾ ਤੁਸੀਂ ਥੋੜ੍ਹੇ ਹੋ, ਤੁਸੀਂ ਲਈ ਜਾਇਆ ਕਰੋ। ਹਰੀ ਅੰਗੂਰੀ ਗਦਹਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਮਾਤਾ ਭੈਸਾ ਅਮੋਹਾ ਜਾਏ, ਕੁਦ ਕੁਦ ਚਰੈ ਰਸਾ ਤਲ ਪਾਏ। ਜੇ ਕੋਈ ਇਸ ਨੂੰ ਸਮਝਾਉਣ ਦਾ ਯਤਨ ਕਰੇ ਉਹਨੂੰ ਮਾਰਨ ਪੈਂਦਾ। ਜਿਵੇਂ ਮਸਤਿਆ ਹੋਇਆ ਝੋਟਾ ਮਾਲੀ ਲੋਕਾਂ ਦੀਆਂ ਚੰਗੀਆਂ ਫਸਲਾਂ ਖਾਂਦਾ, ਅਤੇ ਜੇ ਕੋਈ ਰੋਕਣ ਦਾ ਯਤਨ ਕਰੇ ਤਾਂ ਅੱਗੋਂ ਮਾਰਨ ਨੂੰ ਪੈਂਦਾ। ਇਹ ਸਾਡੀ ਤਸਵੀਰ ਹੈ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਬੀਰ ਜੀ ਆਉਂਦੇ ਨੇ ਗੱਲ ਸਮਝ ਵਿੱਚ ਆ ਗਈ। ਜੇ ਤੇ ਬੁੱਧੀ ਦੇ ਪਿੱਛੇ ਮਨ ਚੱਲਦਾ ਫਿਰ ਤਾਂ ਗੱਲ ਠੀਕ ਰਹਿੰਦੀ, ਪਰ ਇਹ ਬੁੱਧੀ ਰੂਪੀ ਭੇਡ ਮਨ ਰੂਪੀ ਲੇਲੇ ਨੂੰ ਚੁੰਗਣ ਲੱਗ ਪਈ, ਭਾਵ ਮਨ ਦੇ ਆਖੇ ਲੱਗ ਗਏ। ਤੂੰ ਨਤੀਜਾ ਕੀ ਨਿਕਲਿਆ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਧ ਸਿੰਗਾਰ ਬਹੁ ਕਰਤਾ, ਜੋ ਮ੍ਰਿਤਕ ਓਢਾਇਆ ਰਹਾਓ। ਧਾਏ ਧਾਏ ਕਿਰਪਨ ਸਮ ਕੀਨੂ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਕਰਿਆ ਭਰਨ ਸਵਾਰੀ ਸੇਜਾ, ਕਾਮਣ ਥਾਟ ਬਣਾਇਆ, ਸੰਗ ਨ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ। ਸਾਰੋ ਦਿਨ ਮਜ਼ੂਰੀ ਕਰਤਾ, ਤੋਹ ਮੂਸਲੇ ਛਰਾਇਆ, ਖੇਦ ਭਇਓ ਬੇਗਾਰੀ ਨਿਆਈ, ਘਰ ਕੇ ਕਾਮ ਨਾ ਆਇਆ। ਭਇਓ ਅਨੁਗ੍ਰਹ ਜਾ ਕੋ ਪ੍ਰਭ ਕੋ, ਤਿਸ ਹਿਰਦੈ ਨਾਮ ਵਸਾਇਆ, ਸਾਧ ਸੰਗਤ ਕੈ ਪਾਛੈ ਪਰਿਓ, ਜਨ ਨਾਨਕ ਹਰ ਰਸ ਪਾਇਆ। ਆਖਿਆ ਜਿਸ ਪ੍ਰਾਣੀ ਉੱਤੇ
ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ, ਮਿਹਰ ਹੋ ਜਾਏ, ਉਹ ਫਿਰ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ, ਉਹ ਫਿਰ ਗੁਰੂ ਦੀ ਸੰਗਤ ਵਿੱਚ ਆਉਂਦਾ। ਅਤੇ ਤੀਜੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫਿਰ ਤਰੀਕਾ ਦੱਸਦਾ, ਪਿਆਰਿਓ ਹਾਲੀ ਵੀ ਕੁਝ ਨਹੀਂ ਜੇ ਵਿਗੜੇ, ਜਾਗ ਲਿਓ ਰੇ ਮਨਾ ਜਾਗ ਲਿਓ, ਕਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ, ਅੱਜ ਹੂੰ ਕੱਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਤੋ ਤੀਸਰੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ, ਆਓ ਪਿਆਰਿਓ ਹਾਲੀ ਵੀ ਕੁਝ ਨਹੀਂ ਜੇ ਵਿਗੜੀ, ਅਰਦਾਸ ਕਰੋ। ਹੁਣ ਇੱਥੇ ਆ ਕੇ ਮੈਂ ਦੇਖਦਾ ਕਿ ਕੁਝ ਲੋਕ ਸੁਣਦੇ ਮੰਨਦੇ ਅਤੇ ਕਹਿੰਦੇ ਨੇ ਜੀ ਤੁਸੀਂ ਅਰਦਾਸ ਕਰੋ। ਦੱਸੋ ਭਾਈ ਲੋੜ ਤੁਹਾਨੂੰ ਹੈ ਅਤੇ ਅਰਦਾਸ ਕੋਈ ਕਰੇ, ਭੁੱਖ ਮੈਨੂੰ ਲੱਗੀ ਹੈ ਰੋਟੀ ਕੋਈ ਖਾਵੇ, ਕੋਈ ਹੈ ਮੇਰਾ ਤਾਂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਜੇ ਤਾਂ ਆਪਣਾ ਜੀਵਨ ਸਵਾਰਨਾ ਜੇ ਫਿਰ ਆਪ ਅਰਦਾਸ ਕਰੋ। ਅਤੇ ਅਰਦਾਸ ਦੇ ਅੱਖਰ ਵੀ ਸਮਝਾਉਂਦੇ ਨੇ, ਕਿਰਪਾ ਨਿਧ ਬਸੋ ਹਿਰਦੈ ਹਰ ਨੀਤ, ਹੇ ਕਿਰਪਾ ਦੇ ਨਿਧ ਖਜ਼ਾਨੇ ਵਾਹਿਗੁਰੂ ਸਾਡੇ 'ਤੇ ਕਿਰਪਾ ਕਰੋ। ਬਸੋ ਹਿਰਦੈ ਹਰ ਨੀਤ, ਦੇਖੋ ਇੱਥੇ ਹਾਹੇ ਨੂੰ ਔਂਕੜ ਹੈ, ਇਹਨੂੰ ਬਸੋ ਪੜਾ, ਹਿਰਦੈ ਦੇ ਦੱਦੇ ਨੂੰ ਧੋ ਲਾਵਣ। ਹੇ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਸਾਡੇ 'ਤੇ ਮਿਹਰ ਕਰੋ, ਸਾਡੇ ਹਿਰਦੇ ਵਿੱਚ ਨਿਤਾ ਪ੍ਰਤੀ ਵੱਸ ਜਾਓ। ਕਿਰਪਾ ਨਿਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਹੇ ਪਰਮਾਤਮਾ ਤੁਸੀਂ ਬੁੱਧੀ ਤਾਂ ਦਿੱਤੀ ਪਰ ਬੁੱਧੀ ਦੇ ਅੰਦਰ ਪ੍ਰਗਾਸ ਚਾਨਣ ਵੀ ਕਰੋ ਤਾਂ ਜੋ ਸਾਨੂੰ ਸਮਝ ਆਵੇ। ਸਾਜਾਂ ਨੂੰ ਜਦੋਂ ਮੈਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਦਾ ਹਾਂ, ਸੱਚ ਸ਼ਾਹ ਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ, ਸਭ ਭਾਂਡੇ ਤੁਧੈ ਸਾਜਿਆ, ਵਿੱਚ ਵਸਤ ਹਰ ਥਾਰਾ, ਜੋ ਪਾਵੇਂ ਭਾਂਡੇ ਵਿੱਚ ਵਸਤ, ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰਾ। ਸਾਡੇ 'ਤੇ ਕਿਰਪਾ ਕਰੋ, ਸਾਡੀ ਬੁੱਧੀ ਵਿੱਚ ਐਸਾ ਪ੍ਰਗਾਸ ਕਰ ਦਿਓ ਤਾਂ ਜੋ ਸਾਡੀ ਪ੍ਰੀਤ ਤੁਹਾਡੇ ਚਰਨਾਂ ਨਾਲ ਲੱਗ ਜਾਏ। ਕਿਰਪਾ ਨਿਧ ਬਸੋ ਹਿਰਦੈ ਹਰ ਨੀਤ, ਬਸ ਇੱਥੇ ਆ ਕੇ ਵੀ ਅਸੀਂ ਖੁੰਝ ਜਾਂਦੇ, ਕਿਉਂਕਿ ਮੈਂ ਗੁਰੂ ਪੰਥ ਦਾ ਅਦਨਾ ਜਿਹਾ ਸੇਵਕ ਪ੍ਰਚਾਰਕ। ਲੋਕ ਕਹਿਣਗੇ ਜੀ ਤੁਸੀਂ ਸਾਡੀ ਅਰਦਾਸ ਕਰੋ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪਿਆਰਿਓ ਆਪ ਅਰਦਾਸ ਕਰੋ। ਮੈਂ ਕਹਿੰਦਾ ਤੁਸੀਂ ਕਿਸੇ ਮਹਿਕਮੇ ਤੋਂ ਕੋਈ ਚੀਜ਼ ਲੈਣੀ ਹੋਵੇ ਤਾਂ ਕਿਸੇ ਦੂਜੇ ਨੂੰ ਕਹੋ ਵੀ ਤੁਸੀਂ ਐਪਲੀਕੇਸ਼ਨ ਦੇ ਦਿਓ, ਤੁਸੀਂ ਅਰਦਾਸ ਕਰ ਦਿਓ,
ਤੁਸੀਂ ਆਪਣੇ ਦਸਖਤ ਕਰ ਦਿਓ, ਕੋਈ ਮਹਿਕਮਾ ਮੰਨੇਗਾ ਨਹੀਂ ਭਾਈ? ਉਹ ਅੰਤਰ ਜਾਮੀ ਵਾਹਿਗੁਰੂ ਸਭ ਕੁਝ ਜਾਣਦਾ, ਅਸੀਂ ਆਪ ਅਰਦਾਸ ਕਰੀ। ਗੁਰੂ ਅਰਜਨ ਦੇਵ ਜੀ ਸਾਨੂੰ ਮਾਰਗ ਦਰਸ਼ਨ ਕਰ ਰਹੇ ਨੇ, ਇਹ ਬੇਨਤੀ ਕਰੋ। ਕਿਰਪਾ ਨਿਦ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਸਾਧ ਸੰਗਤ ਵਿੱਚ ਜਾ ਕੇ ਐਸੀ ਅਰਦਾਸ ਕਰਨੀ ਚਾਹੀਦੀ, ਸਾਡੀ ਬੁੱਧੀ ਵਿੱਚ ਐਸਾ ਪ੍ਰਗਾਸ ਕਰੋ, ਸਾਨੂੰ ਇਹੋ ਜਿਹੀ ਮਤ ਬਖਸ਼ੋ, ਕਿਉਂਕਿ ਅਸੀਂ ਹਾਂ ਅਣਜਾਣ ਬੱਚੇ। ਜੈਸਾ ਬਾਰਕ ਭਾਏ ਸੁਭਾਈ, ਲੱਖ ਅਪਰਾਧ ਖੁਮਾਵੇ, ਕਰ ਉਪਦੇਸ਼ ਝਿੜਕੇ ਬਹੁ ਪੰਤੀ, ਬਹੁੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ਼ ਲਿਓ ਪ੍ਰਭ, ਆਗੇ ਮਾਰਗ ਪਾਵੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਸ਼ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਅਸੀਂ ਤੇਰਾ ਦਾਸ ਦਰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾ, ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਹਮ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿੱਚੋਂ, ਕਰਨ ਕਾਰਨ ਸਭਨਾ ਕਾਈ ਕੋ, ਅਵਰ ਨ ਦੂਜਾ ਕੋਈ, ਬਹੁਤੇ ਫੇਰ ਪਏ ਕਿਰਪਨ ਕੋ, ਅਬ ਕੁਛ ਕਿਰਪਾ ਕੀ ਜੈ। ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀ ਜੈ, ਕਿਰਪਾ ਨਿਦ ਬਸੋ ਹਿਰਦੈ ਹਰ ਨੀਤ। ਬਾਣੀ ਵਿੱਚ ਇਹ ਵੀ ਲਿਖਿਆ ਕਿ ਜਿਹੜਾ ਮੰਗਤਾ ਢੀਠ ਹੋ ਕੇ ਮੰਗੇ ਨਾ, ਘਰ ਵਾਲਿਆਂ ਨੂੰ ਉਹਦੀ ਝੋਲੀ ਵਿੱਚ ਕੁਝ ਪਾਉਣਾ ਹੀ ਪੈਂਦਾ। ਇਹ ਬੜੀ ਸੌਖੀ ਜਿਹੀ ਮਿਸਾਲ ਹੈ। ਕੋਈ ਮੰਗਤਾ ਤੁਹਾਡੇ ਦਰਵਾਜ਼ੇ 'ਤੇ ਆਵੇ, ਅਲਖ ਜਗਾਏ, ਕਈ ਵਾਰੀ ਤੁਸੀਂ ਸੁਣ ਕੇ ਵੀ ਨਹੀਂ ਸੁਣਦੇ, ਉਹ ਫਿਰ ਥੋੜ੍ਹੀ ਦੇਰ ਬਾਅਦ ਆਵਾਜ਼ ਮਾਰ, ਜਦੋਂ ਉਹ ਦੋ ਤਿੰਨ ਵਾਰੀ ਆਵਾਜ਼ ਮਾਰੇ ਨਾ ਹਟੇ, ਫਿਰ ਘਰ ਵਾਲਿਆਂ ਨੂੰ ਮਜਬੂਰ ਹੋ ਕੇ ਕੁਝ ਨਾ ਕੁਝ ਦੇਣਾ ਹੀ ਪੈਂਦਾ। ਮਹਾਰਾਜ ਕਹਿੰਦੇ ਨੇ ਪਰਮਾਤਮਾ ਅੱਗੇ ਇਸ ਤਰ੍ਹਾਂ ਅਰਦਾਸ ਕਰੋ, ਐਵੇਂ ਟਾਲ ਮਟੋਲ ਨਾ ਬਣਾਓ ਜੀ, ਤੁਸੀਂ ਸਾਡੀ ਅਰਦਾਸ ਕਰੋ, ਆਪ ਕਰੋ। ਕਿਰਪਾ ਨਿਦ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਰਾਓ ਦਾਸ ਤੁਮਾਰੇ ਕੀ ਪਾਵੋ ਧੂਰਾ, ਸਾਡੇ 'ਤੇ ਕਿਰਪਾ ਕਰੋ। ਤੁਹਾਡੇ ਜੋ ਦਾਸ ਹਨ, ਤੁਹਾਡੇ ਜੋ ਸੇਵਕ ਹਨ, ਜੋ ਤੁਹਾਡਾ ਨਾਮ ਜਪਣ ਵਾਲੇ ਗੁਰਮੁਖ ਨੇ, ਉਹਨਾਂ ਦੀ ਸਾਨੂੰ ਚਰਨ ਧੂੜ ਪ੍ਰਾਪਤ ਹੋਵੇ। ਮਸਤਕ ਲੇ ਲੇ ਲਾਓ, ਮਸਤਕ ਦੇ ਕੱਕੇ ਨੂੰ ਸਿਆਰੀ ਹੈ, ਉਹਨਾਂ ਦੀ ਚਰਨ ਧੂੜੀ ਲੈ ਕੇ ਮੱਥੇ 'ਤੇ ਲਾਈ। ਹੁਣ ਇਹ ਚਰਨ ਧੂੜੀ ਲਾਉਣ ਦਾ ਮਤਲਬ ਕੀ ਹੈ? ਭਾਵ ਅਸੀਂ ਨਿਮਰਤਾ ਦੇ ਨਾਲ
ਆਪਣਾ ਅਹੰਕਾਰ ਛੱਡ ਕੇ ਉਹਨਾਂ ਦੇ ਦੱਸੇ ਰਾਹ 'ਤੇ ਚੱਲ। ਇਹਦਾ ਲਾਭ ਕੀ ਹੋਵੇਗਾ? ਮਹਾਂਪਤਤ ਤੇ ਹੋਤ ਪੁਨੀਤਾ। ਮਹਾਂਪਤਤ, ਪਤਤ ਕਹਿੰਦੇ ਨੇ ਨੀਚ ਨੂੰ, ਪਤਤ ਕਹਿੰਦੇ ਨੇ ਟੁੱਟੇ ਹੋਏ ਨੂੰ, ਪਤਤ ਕਹਿੰਦੇ ਨੇ ਭਟਕੇ ਹੋਏ ਨੂੰ। ਉਹਨਾਂ ਗੁਰਮੁਖਾਂ ਦੀ ਸੰਗਤ ਅਤੇ ਚਰਨ ਧੂੜੀ ਲੈ ਕੇ ਮੱਥੇ 'ਤੇ ਲਾਉਣਾ। ਮਹਾਂਪਤਤ ਤੇ ਹੋਤ ਪੁਨੀਤਾ, ਅਸੀਂ ਮਹਾਂਪਤਤ ਤੋਂ ਪੁਨੀਤ ਹੋ ਜਾਵਾਂਗੇ। ਤਥਾ ਬੜੇ ਬੜੇ ਨੀਚ ਬੰਦੇ ਗੁਰਮੁਖਾਂ ਦੀ ਸੰਗਤ ਕਰਕੇ ਪੁਨੀਤ ਹੋ ਜਾਂਦੇ। ਕਿਸ ਕਿਸ ਦੀ ਮਿਸਾਲ ਦਿੱਤੀ ਜਾ, ਅਨੇਕਾਂ ਹੀ ਇਹੋ ਜਿਹੇ ਲੋਕ, ਚਾਹੇ ਉਹ ਭੂਮੀਏ ਚੋਰ ਵਰਗੇ ਸਨ, ਚਾਹੇ ਉਹ ਠੱਗ ਵਰਗੇ ਸਨ, ਚਾਹੇ ਉਹ ਕੌਡੇ ਰਾਕਸ਼ ਵਰਗੇ ਸਨ। ਮਹਾਂਪਤਤ ਤੇ ਹੋਤ ਪੁਨੀਤਾ, ਹਰ ਕੀਰਤਨ ਗੁਣ ਗਾਓ, ਬਸ ਮੇਰੇ 'ਤੇ ਕਿਰਪਾ ਕਰੋ, ਐਸੇ ਗੁਰਮੁਖਾਂ ਦੀ ਸੰਗਤ ਬਖਸ਼ੋ, ਉਹਨਾਂ ਦੀ ਚਰਨ ਧੂੜੀ ਲੈ ਕੇ ਮੈਂ ਮੱਥੇ 'ਤੇ ਲਾਵਾਂ, ਭਾਵ ਉਹਨਾਂ ਦੀ ਸੰਗਤ ਕਰਾਂ, ਅਤੇ ਉਹਨਾਂ ਦੀ ਸੰਗਤ ਕਰਨ ਕਰਕੇ ਮੇਰੇ ਜੀਵਨ ਵਿੱਚ ਤਬਦੀਲੀ ਆ ਜਾਏ, ਅਤੇ ਉਹਨਾਂ ਦੀ ਸੰਗਤ ਵਿੱਚ ਤੁਹਾਡੀ ਕੀਰਤੀ ਮੈਂ ਗਾਉਣੀ ਕਰਾਂ। ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤੁਹਾਰੋ ਭਾਵੋ, ਜਿਹੜੀ ਤੁਹਾਡੀ ਆਗਿਆ। ਦੇਖੋ ਇਹ ਗੱਲ ਤਾਂ ਮੰਨਣੀ ਯੋਗ ਕਿ ਜੋ ਕੁਝ ਸੰਸਾਰ 'ਤੇ ਹੋ ਰਿਹਾ ਇਹ ਸਭ ਪਰਮਾਤਮਾ ਦੇ ਹੁਕਮ, ਪਰ ਅਸੀਂ ਆਪਣੀ ਮਰਜ਼ੀ ਦੀ ਗੱਲ ਹੋਵੇ ਤਾਂ ਕਹਿੰਦੇ ਬਹੁਤ ਅੱਛਾ, ਜਿਹੜੀ ਸਾਡੀ ਮਰਜ਼ੀ ਤੋਂ ਥੋੜ੍ਹੀ ਜਿਹੀ ਸੱਜੇ ਖੱਬੇ ਹੋ ਅਸੀਂ ਉਹਨੂੰ ਮੰਨਣ ਲਈ ਤਿਆਰ। ਨਹੀਂ, ਸਾਡੇ ਅੰਦਰ ਐਸੀ ਭਾਵਨਾ ਆ ਜਾਏ ਕਿ ਆ ਗਿਆ ਤੁਮਰੀ ਮਿੱਠੀ ਲਾਗੋ, ਤੇਰੀ ਰਜ਼ਾ ਵਿੱਚ ਅਸੀਂ ਰਾਜ਼ੀ ਰਹਿਣ ਲੱਗ ਜਾਈਏ, ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਜੋ ਕਿਚ ਹੋਵਾ ਸੋ ਤੇਰਾ ਭਾਣਾ, ਜੋ ਇਵ ਬੂਝੇ ਸੋ ਸਹਿਜ ਸਮਾਣਾ। ਆਖਿਆ ਤੁਹਾਡਾ ਹੁਕਮ ਸਾਨੂੰ ਸਿਰ ਮੱਥੇ 'ਤੇ ਮਨਜ਼ੂਰ, ਇਹ ਵੀ ਉਹਦੀ ਕਿਰਪਾ। ਸਾਧ ਸੰਗਤ, ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਫਿਰ ਮਨੁੱਖ ਉਹਦੀ ਰਜ਼ਾ ਵਿੱਚ ਰਾਜ਼ੀ ਹੈ। ਗੁਰੂ ਨਾਨਕ ਪਾਤਸ਼ਾਹ 'ਤੇ ਗੱਲ ਹੀ ਇੱਥੋਂ ਸ਼ੁਰੂ ਕਰ ਦਿੱਤੀ, ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹੋ ਮੈਂ ਕਹਿ ਨ ਕੋਏ। ਆਗਿਆ ਤੁਮਰੀ ਮਿੱਠੀ ਲਾਗੋ ਕਿਉਂ ਤੁਹਾਰੋ ਭਾਵੋ, ਜੋ ਤੁਹਾਡਾ ਹੁਕਮ ਹੋਵੇ, ਤੁਹਾਡਾ ਕੀਤਾ ਹੋਇਆ ਮੈਨੂੰ ਚੰਗਾ ਲੱਗੇ। ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ, ਤੇਰਾ ਖੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਆਗਿਆ ਤੁਮਰੀ ਮਿੱਠੀ ਲਾਗੋ ਕਿਉਂ ਤੁਹਾਰੋ ਭਾਵੋ, ਜੋ ਤੂੰ ਦੇ ਤਹੀ ਇਹ ਤ੍ਰਿਪਤੈ ਅੰਨਕ ਤੂੰ ਧਾਵੋ, ਜੋ ਤੁਹਾਡੇ ਦਰ ਤੋਂ ਮਿਲੇ ਉਹਦੇ ਨਾਲ ਮੈਂ ਤ੍ਰਿਪਤ ਹੋ ਜਾਂ, ਸੰਤੁਸ਼ਟ ਹੋ ਜਾਂ। ਸਤ ਸੰਗਤ, ਅਸੀਂ ਪਰਮਾਤਮਾ ਦਾ ਦਰ ਛੱਡ ਕੇ ਹੋਰ ਹੋਰ ਦਰਾਂ 'ਤੇ ਭਟਕ ਰਹੇ,
ਕੋਈ ਕਬਰਾਂ 'ਤੇ ਜਾ ਰਿਹਾ, ਕੋਈ ਜੋਤਸ਼ੀਆਂ ਦੇ ਪਿੱਛੇ ਲੱਗਾ ਹੋਇਆ, ਕੋਈ ਦੂਣੇ ਨੋਟ ਕਰਨ ਵਾਸਤੇ ਠੱਗਾਂ ਕੋਲ ਜਾ ਰਿਹਾ। ਜਦੋਂ ਠੱਗਿਆ ਜਾਂਦਾ ਫਿਰ ਰੋਂਦਾ ਹੈ। ਜੋ ਮੈਨੂੰ ਦਸਾਂ ਨੌਵਾਂ ਦੀ ਕਿਰਤ ਕਮਾਈ ਵਿੱਚ ਮਿਲੇ ਮੈਂ ਸੰਤੁਸ਼ਟ ਹੋ ਜਾਵਾਂ। ਆਗਿਆ ਤੁਮਰੀ ਮੀਠੀ ਲਾਗੋ ਕਿਉ ਤੁਹਾਰੋ ਭਾਉ, ਜੋ ਤੂੰ ਦੇ ਤਹੀ ਇਹ ਤ੍ਰਿਪਤ ਹੈ। ਇਹਨੂੰ ਇਹੋ ਨਹੀਂ ਕਹਿਣਾ, ਇਹ ਮੇਰਾ ਮਨ ਤ੍ਰਿਪਤ ਹੋ ਜਾਏ ਜੋ ਤੁਸੀਂ ਦਿਓ। ਜੇ ਸੁੱਖ ਦਿਓ ਤਾਂ ਵੀ ਮੈਂ ਰਾਜੀ, ਦੁੱਖ ਦਿਓ ਤਾਂ ਵੀ ਰਾਜੀ, ਜੇ ਭੁੱਖ ਦਿਓ ਤਾਂ ਵੀ ਮੈਂ ਰੱਜਿਆ ਨੂੰ। ਗੱਲ ਕੀ ਮੈਂ ਹਰ ਹਾਲਤ ਵਿੱਚ ਤੁਹਾਡੀ ਰਜ਼ਾ ਵਿੱਚ ਚਲਣਾ ਕਰਾਂ। ਆਗਿਆ ਤੁਮਰੀ ਮਿੱਠੀ ਲਾਗੋ ਕਿਉ ਤੁਹਾਰੋ ਭਾਉ, ਜੋ ਤੂੰ ਦੇ ਤਹੀ ਇਹ ਤ੍ਰਿਪਤ ਹੈ, ਆਨ ਕਟੂੰ ਧਾਮੂ। ਸਾਦੀ ਹੀ ਨਿਕਟ ਜਾਨੋ ਪ੍ਰਭ ਸੁਆਮੀ, ਸਗਲ ਰੇਣ ਹੋਏ ਰਹੀ ਹੈ। ਆਖਿਆ ਮੇਰੇ 'ਤੇ ਐਸੀ ਕਿਰਪਾ ਕਰੋ, ਮੈਂ ਸਦਾ ਤੁਹਾਨੂੰ ਹਾਜ਼ਰ ਨਾਜ਼ਰ ਜਾਣ। ਸਾਧ ਸੰਗਤ, ਜਿਹੜਾ ਮਨੁੱਖ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ ਉਹ ਕਦੇ ਗਲਤ ਕੰਮ ਨਹੀਂ ਕਰਦਾ, ਉਹ ਕਦੇ ਗਲਤ ਪਾਸੇ ਨਹੀਂ ਜਾਂਦਾ। ਆਂਦਾ ਹੋਰ ਕੋਈ ਨਹੀਂ ਵੇਖਦਾ, ਮੇਰਾ ਵਾਹਿਗੁਰੂ ਦੇਖ ਰਿਹਾ। ਸਾਦੀ ਹੀ ਨਿਕਟ ਜਾਨੋ ਪ੍ਰਭ ਸੁਆਮੀ, ਹੇ ਸੁਆਮੀ, ਹੇ ਪ੍ਰਭੂ, ਮੈਂ ਤੁਹਾਨੂੰ ਸਦਾ ਹਾਜ਼ਰ ਨਾਜ਼ਰ, ਸਗਲ ਰੇਣ ਹੋਏ ਰਹੀ ਹੈ। ਅਸੀਂ ਸਦਾ ਤੁਹਾਡੀ ਚਰਨ ਧੂੜ ਬਣ ਕੇ ਰਹੀ, ਤੁਹਾਡੇ ਪਿਆਰਿਆਂ ਦੀ ਚਰਨ ਧੂੜ ਬਣ ਕੇ ਰਹੀ। ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭੇ ਅਪਣਾ ਲਈ ਹੈ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ। ਦੇਖੋ ਸਾਧ ਸੰਗਤ, ਗੁਰਬਾਣੀ ਦੇ ਸਮਝਾਉਣ ਦਾ ਤਰੀਕਾ ਬੜਾ ਸਰਲ। ਜੈਸੀ ਸੰਗਤ ਵੈਸੀ ਰੰਗਤ, ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੈ ਅਵਗੁਣ ਧੋਵੈ। ਜੇ ਗੁਰਮੁਖਾਂ ਦੀ ਸੰਗਤ ਕਰਾਂਗੇ, ਸਾਧੀ ਨਿਕਟ ਜਾਨੋ ਪ੍ਰਭ ਸੁਆਮੀ, ਸਗਲ ਰੇਣ ਹੋਏ ਰਹੀ ਹੈ। ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭੇ ਅਪਣਾ ਲਈ ਹੈ, ਸਦਾ ਸਦਾ ਹਮ ਛੋਰੇ ਤੁਮਰੇ, ਤੂੰ ਪ੍ਰਭ ਹਮਰੋ ਮੀਰਾ। ਹੇ ਵਾਹਿਗੁਰੂ, ਅਸੀਂ ਹਮੇਸ਼ਾ ਤੁਹਾਡੇ ਛੋਟੇ ਬੱਚੇ ਹਾਂ, ਤੁਸੀਂ ਸਾਡੇ ਮਾਲਕ ਹੋ, ਤੁਸੀਂ ਸਾਡੇ ਬਾਦਸ਼ਾਹ ਹੋ, ਤੁਸੀਂ ਸਾਡੇ ਸੁਆਮੀ ਮਾਲਕ ਹੋ। ਸਦਾ ਸਦਾ ਹਮ ਛੋਰੇ ਤੁਮਰੇ, ਤੂੰ ਪ੍ਰਭ ਹਮਰੋ ਮੀਰਾ। ਨਾਨਕ ਬਾਰਿਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਨਾਨਕ ਜੀ ਫਰਮਾਉਂਦੇ, ਹੇ ਵਾਹਿਗੁਰੂ, ਅਸੀਂ ਤੁਹਾਡੇ ਬੱਚੇ, ਤੁਸੀਂ ਸਾਡੇ ਮਾਤਾ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਮੁਖ ਦੇ ਖੱਖੇ ਨੂੰ ਸਿਹਾਰੀ ਹੈ, ਸਾਡੇ ਮੂੰਹ ਵਿੱਚ ਤੁਹਾਡਾ ਨਾਮ ਰੂਪੀ ਦੁੱਧ ਰਹੇ, ਭਾਵ ਅਸੀਂ ਹਰ ਵੇਲੇ ਤੁਹਾਡਾ ਨਾਮ ਰੂਪੀ ਦੁੱਧ ਪੀਂਦੇ ਰਹੀ। ਬੇਅੰਤ ਜਗ੍ਹਾ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ, ਤੁਮਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੋ ਸਾਰਾ ਸ਼ਬਦ ਬੇਨਤੀ ਨਾਲ ਭਰਪੂਰ ਹੈ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ
ਪਹਿਲੇ ਦੋ ਸ਼ਬਦਾਂ ਵਿੱਚ ਤਾੜਨਾ ਵੀ ਕੀਤੀ ਹੈ, ਵਾਰਨਿੰਗ ਵੀ ਕੀਤੀ ਹੈ, ਸਾਡੀਆਂ ਗਲਤੀਆਂ ਦਾ ਅਹਿਸਾਸ ਵੀ ਕਰਾਇਆ, ਅਤੇ ਤੀਜੇ ਸ਼ਬਦ ਵਿੱਚ ਜਾਂਚ ਵੀ ਸਿਖਾਈ। ਭਾਈ ਇਹ ਅਰਦਾਸ ਕਰਿਆ ਕਰੋ, ਕਿਰਪਾ ਨਿਧ ਬਸੋ ਹਿਰਦੈ ਹਰਨੀਤ, ਤੈਸੀ ਬੁੱਧ ਕਰੋ ਪ੍ਰਗਾਤਾ, ਲਾਗੈ ਪ੍ਰਭ ਸੰਗ ਪ੍ਰੀਤ ਰਹਾਉ, ਦਾਸ ਤੁਮਾਰੇ ਕੀ ਪਾਵੋ ਧੂਰਾ, ਮਸਤਕ ਲੇ ਲੇ ਲਾਵੋ, ਮਹਾਂ ਪਤ ਤੇ ਹੋਤ ਪੁਨੀਤਾ, ਹਰ ਕੀਰਤਨ ਗੁਣ ਗਾਉ, ਆਗਿਆ ਤੁਮਰੀ ਮੀਠੀ ਲਾਗੋ, ਕਿਓ ਤੁਹਾਰੋ ਭਾਉ, ਜੋ ਤੂੰ ਦੇ ਤਹੀ ਹੈ ਤਿਬਤ ਆਨ ਨ ਕਟੂੰ ਤਾਮ, ਸਦੀ ਹੀ ਨਿਕਟ ਜਾਨੋ ਪ੍ਰਭ ਸੁਆਮੀ, ਸਗਲ ਰੇਣ ਹੋਏ ਰਹੀ ਹੈ, ਸਾਧੂ ਸੰਗਤ ਹੋਏ ਪ੍ਰਾਪਤ, ਤਾਂ ਪ੍ਰਭ ਆਪਣਾ ਲਈ ਹੈ, ਸਦਾ ਸਦਾ ਹਮ ਛੋਰੇ ਤੁਮਰੇ, ਤੂੰ ਪ੍ਰਭ ਹਮਰੋ ਮੀਰਾ, ਨਾਨਕ ਬਾਰਿਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।